ਇਸ ਵਕਤ ਸਾਡੇ ਨਾਲ ਮਹਾਰਾਣੀ ਪਨੀਤ ਕੌਰ ਜੀ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ। ਧੰਨਵਾਦ ਤੁਹਾਡਾ, ਤੁਸੀਂ ਸਭ ਸਮਾਂ ਦਿੱਤਾ ਹੈ ਸਾਨੂੰ, ਕਿਉਂਕਿ ਇੰਨਾ ਹੌਚ ਪੌਚ ਹੈ, ਸਭ ਤੋਂ ਵੱਡੀ ਰੈਲੀ ਹੋਣੀ ਹੈ ਇੱਥੇ, ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਪਹਿਲਾਂ? ਬਹੁਤ ਵਧੀਆ ਕਿ ਇੰਨੀ ਗਰਮੀ ਦੇ ਬਾਵਜੂਦ, ਇੰਨਾ ਵਿਰੋਧ ਦੇ ਬਾਵਜੂਦ, ਹੁਣੇ ਹੁਣੇ ਮੈਨੂੰ ਆਇਆ ਚਮਾਰੂ ਪਿੰਡ ਦੇ ਵਿੱਚ 60 ਬੰਦਿਆਂ ਦੀ ਇੱਕ ਬੱਸ, ਸ਼ਰਾਰਤੀ ਅਨਸਨ ਚਾਹੇ ਕਿਸਾਨਾਂ ਦੇ ਵਿੱਚ ਵੜ ਕੇ ਉਹਨਾਂ ਨੇ ਪੱਥਰ ਮਾਰੇ, ਉਸ ਬੱਸ ਨੂੰ ਘੇਰਿਆ ਹੋਇਆ। ਇਹ ਗੱਲ ਨਹੀਂ ਠੀਕ, ਇਸ ਦੀ ਸਖ਼ਤ ਨਿੰਦਾ ਕਰਦੀ ਹਾਂ ਮੈਂ। ਸਭ ਦਾ ਹੱਕ ਹੈਗਾ, ਤੁਸੀਂ ਆਪਣਾ ਹੱਕ ਜਤਾਓ, ਪਰ ਹੁੱਲੜਬਾਜ਼ੀ ਨਾ ਕਰੋ। ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ, ਅਸੀਂ ਸਾਰੇ ਇੱਕ ਦੂਜੇ ਨਾਲ ਰਹਿਣਾ ਵੀ ਇੱਥੇ ਹੈ, ਅਤੇ ਇਹ ਗੱਲ ਨਹੀਂ ਹੋਣੀ ਚਾਹੀਦੀ। ਪਰ ਕਾਰਨ ਕੀ ਲੱਗ ਰਿਹਾ? ਇੱਕ ਪਾਸੇ ਚੋਣ ਪ੍ਰਚਾਰ ਕਰ ਰਹੇ ਹੋ, ਲੋਕਤੰਤਰ ਹੈ, ਉਹਨਾਂ ਨੂੰ ਬੋਲਣ ਦਾ ਹੱਕ ਹੈ, ਕਿਸਾਨਾਂ ਨੂੰ, ਤੁਹਾਨੂੰ ਵੀ ਬੋਲਣ ਦਾ ਹੱਕ ਹੈ, ਆਪਣੀ ਗੱਲ ਰੱਖਣ ਦਾ ਹੱਕ ਹੈ, ਫਿਰ ਕਿਉਂ ਚੱਲ ਰਹੇ ਹੈ ਸਭ? ਇਹ ਹੁਣ ਲੋਕਤੰਤਰ ਹੈ, ਔਰ ਦੇਖੋ ਮੈਂ ਤਾਂ ਇਸ ਦੇ ਬਾਰੇ ਕੁਛ ਨਹੀਂ ਇਸ ਟਾਈਮ ਕਹਿਣਾ ਚਾਹੁੰਦੀ, ਪਰ ਇੰਨਾ ਕਹਿਣਾ ਚਾਹੁੰਦੀ ਹੈ ਕਿ ਜੇ ਸਾਰਾ ਜਿਹੜਾ ਸਾਡਾ ਹੱਕ ਹੈ ਨਾ, ਕਿ ਅਸੀਂ ਵੀ ਆਪਣੀ ਗੱਲ ਪਹੁੰਚਾਈਏ, ਔਰ ਫਿਰ ਲੋਕਾਂ ਦਾ ਹੱਕ ਹੈ ਜਿੱਧਰ ਮਰਜ਼ੀ ਵੋਟ ਪਾਉਣ, ਇਹ ਹੱਕ ਬਰਕਰਾਰ ਹੋਣੇ ਚਾਹੀਦੇ ਨੇ। ਆਪਣੇ ਆਪਣੇ ਹੱਕ ਲਈ ਸਾਰੇ ਲੜਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਕਨਾਥ ਇੱਥੋਂ ਕਰਨ ਜਾ ਰਹੇ ਨੇ ਪੰਜਾਬ 'ਚ ਜਿਹੜਾ ਚੋਣਾਂ ਦਾ, ਅਤੇ ਉਸਨੂੰ ਕਿਵੇਂ ਦੇਖ ਰਹੇ ਹੋ? ਸ਼ੁਰੂਆਤ ਤਾਂ ਪਟਿਆਲੇ ਰੋਇਲ ਸਿਟੀ ਤੋਂ ਹੋ ਰਹੀ ਹੈ। ਬਹੁਤ ਖੁਸ਼ੀ ਵਾਲੀ ਗੱਲ ਹੈ, ਔਰ ਮੈਨੂੰ ਮਾਣ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਅੱਜ ਇੱਥੇ ਆ ਰਹੇ ਨੇ ਮਾਲਵਾ ਰੀਜਨ ਪੰਜਾਬ ਦੇ ਵਿੱਚ, ਔਰ ਪਟਿਆਲੇ ਤੋਂ ਸ਼ੁਰੂ ਕਰ ਰਹੇ ਨੇ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕੰਮ ਦੀ, ਤੁਸੀਂ ਕੰਮ ਪਹਿਲਾਂ ਵੀ ਗਿਣਾਇਆ ਆਪਣਾ, ਹੁਣ ਅੱਗੇ ਲਈ ਕੀ ਵਿਜ਼ਨ ਰੱਖ ਰਹੇ ਹੋ ਲੋਕਾਂ ਲਈ? ਕਿਉਂਕਿ ਹਾਲਾਂਕਿ ਕਿਸਾਨ ਨਹੀਂ ਰੱਖਣ ਦੇ ਰਹੇ, ਪਰ ਫਿਰ ਵੀ ਆਪਣਾ ਵਿਜ਼ਨ ਕੀ ਰੱਖ ਰਹੇ ਹੋ ਜਿਹੜੇ ਲੋਕ ਸੁਣਨਾ ਚਾਹੁੰਦੇ ਨੇ? ਦੇਖੋ ਹਰ ਇੱਕ ਹਲਕੇ ਦੇ ਜਿਹੜੇ ਆਪਣੇ ਕੰਮ ਨੇ, ਮੈਂ ਚਾਹੁੰਦੀ ਹਾਂ ਸਭ ਤੋਂ ਜ਼ਿਆਦਾ ਕਿ ਕੋਸ਼ਿਸ਼ ਮੈਂ ਪੂਰੀ ਕਰਾਂ, ਕਿਉਂਕਿ ਪਿੱਛੇ ਕਰੋਨਾ ਕਰਾਨਾ ਕਰਕੇ ਕਈ ਜਿਹੜੇ ਕੰਮ ਹੋਣੇ ਸੀ 2-2.5 ਸਾਲ ਖਰਾਬ ਹੋ ਗਏ 5 ਸਾਲਾਂ ਵਿੱਚੋਂ। ਤਾਂ ਜਿਹੜਾ ਘੱਗਰ ਦਾ ਮਸਲਾ ਹੈ, ਇੰਨੇ ਸਾਲ ਕੋਈ ਕਰੋਪੀ ਨਹੀਂ ਆਈ, ਪਰ ਪਿਛਲੇ ਸਾਲ ਤੁਸੀਂ ਦੇਖਿਆ ਕਿ ਕਿੰਨਾ ਨੁਕਸਾਨ ਹੋਇਆ, ਲੋਕਾਂ ਦੀ ਤਬਾਹੀ ਹੋ ਗਈ। ਇਸ ਦਾ ਜਿਹੜਾ ਇੰਟਰ ਸਟੇਟ ਮਾਮਲਾ ਹੈ, ਇਹ ਆਪਾਂ ਕਿਸੇ ਤਰ੍ਹਾਂ ਇਹਨੂੰ ਹੱਲ ਕਰੀਏ ਕਿ ਸਾਡੇ ਲੋਕਾਂ ਤੇ ਕਰੋਪੀ ਨਾ ਆਏ। ਜਿੱਤਦੇ ਹੋ ਕਿਸਾਨਾਂ ਦਾ ਮਸਲਾ ਹੈ, ਕਿਸਾਨਾਂ ਦਾ ਮਸਲਾ ਵੀ ਲੈ ਕੇ ਜਾਓਗੇ ਅੱਗੇ? ਜ਼ਰੂਰ, ਜੋ ਉਹਨਾਂ ਦੀਆਂ ਜਾਇਜ਼ ਗੱਲਾਂ ਮੈਂ ਜ਼ਰੂਰ ਲੈ ਕੇ ਜਾਊਂਗੀ, ਹਰੇਕ ਵਰਗ ਦੀ ਲੈ ਕੇ ਜਾਊਂਗੀ ਮੈਂ। ਇਸ ਤੋਂ ਇਲਾਵਾ ਪਹਿਲੇ ਵੀ ਲੈ ਕੇ ਗਈ ਹੈ, ਪਹਿਲੇ ਵੀ ਲੈ ਕੇ ਗਈ ਹੈ। ਹਾਂਜੀ, ਫਿਰ ਕਿਉਂ ਨਾਰਾਜ਼ਗੀ ਇਸ ਤਰੀਕੇ ਦੀ? ਭਰੋਸਾ ਨਹੀਂ ਉਹਨਾਂ ਨੂੰ ਤੁਹਾਡੇ ਤੇ, ਫਿਰ ਕਿਉਂ ਨਾਰਾਜ਼ਗੀ? ਉਹਨਾਂ ਨੂੰ ਪੁੱਛੋ, ਮੈਂ ਬੀਜੇਪੀ 'ਚ ਆਈ ਹੈ ਇਸ ਕਰਕੇ ਸ਼ਾਇਦ ਨਾਰਾਜ਼ਗੀ ਹੈ, ਪਰ ਮੈਨੂੰ ਭਰੋਸਾ ਹੈ ਬੀਜੇਪੀ 'ਤੇ, ਮੈਨੂੰ ਭਰੋਸਾ ਨਰਿੰਦਰ ਮੋਦੀ ਜੀ 'ਤੇ ਕਿ ਕੰਮ ਕਰਨਗੇ, ਔਰ ਸਹੀ ਆਵਾਜ਼ ਪਹੁੰਚੂਗੀ, ਸਹੀ ਤਰੀਕੇ ਨਾਲ ਗੱਲ ਅੱਗੇ ਜਾਊਗੀ, ਤਾਂ ਕਿਉਂ ਨਹੀਂ ਤਵੱਜੋ ਕਰਨਗੇ। ਤੁਸੀਂ ਪਹਿਲਾਂ ਵੀ ਪ੍ਰਚਾਰ ਕਰ ਰਹੇ ਸੀ, ਉਸ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਸੀ, ਨਾ ਲੱਗ ਗਿਆ ਸੀ ਕਿ ਮਹਾਰਾਣੀ ਪਰਨੀਤ ਕੌਰ ਦੇ ਨਾਲ ਲੋਕ ਸੀਗੇ, ਉਹਨਾਂ ਵੱਲੋਂ ਧੱਕਾ ਮੁੱਕੀ ਕੀਤੀ ਗਈ, ਬੜੀਆਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀਗੀਆਂ, ਉਹਦੇ ਪਿੱਛੇ ਫਿਰ ਵੀਡੀਓ ਸਾਹਮਣੇ ਆ ਗਈ ਸੀ ਕਿ ਉਹ ਆਪ ਗਰਮੀ ਕਰਕੇ ਗਿਰ ਗਿਆ ਸੀਗਾ, ਪਰ ਯਾਨੀ ਕੰਟਰੋਵਰਸੀ ਬਣਾਈ ਜਾ ਰਹੀ ਹੈ ਹਰ ਮਾਹੌਲ ਇਲੈਕਸ਼ਨਾਂ ਦਾ ਹੈ, ਔਰ ਪਰ ਜਿਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ, ਬਹੁਤ ਨੀਚੇ ਗਿਰ ਕੇ ਨਹੀਂ ਗੱਲ ਕਰਨੀ ਚਾਹੀਦੀ, ਸਭ ਦੀ ਇੱਜ਼ਤ ਹੁੰਦੀ ਹੈ, ਸੱਚਾਈ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਮੇਰਾ ਤਾਂ ਉਹ ਅਸੂਲ ਹੈਗਾ, ਔਰ ਮੈਂ ਉਸ ਅਸੂਲ 'ਤੇ ਖੜੀ ਹਾਂ, ਔਰ ਬੜਾ ਦੁੱਖ ਲੱਗਿਆ ਉਸ ਦਿਨ ਕਿ ਉਹ ਕਿਸਾਨ ਗੁਜ਼ਰ ਗਿਆ, ਪਰ ਸਾਡੇ ਕਿਸੇ ਦਾ ਹੱਥ ਨਹੀਂ ਸੀ ਉਹਦੇ ਵਿੱਚ,
ਔਰ ਜਿਹੜਾ ਹਰਪਾਲਪੁਰ ਨੂੰ ਅੰਦਰ ਕੀਤਾ ਹੋਇਆ ਇਹ ਨਜਾਇਜ਼ ਕੀਤਾ ਹੋਇਆ ਔਰ ਆਈ ਹੋਪ ਕਿ ਇਸ ਦੇ ਬਾਅਦ ਅਸੀਂ ਉਹਨਾਂ ਨੂੰ ਘਰ ਲੈ ਕੇ ਆ ਸਕੀਏ ਕਿਉਂਕਿ ਉਹਨਾਂ ਨੇ ਕੁਛ ਨਹੀਂ ਕੀਤਾ ਕਿ ਉਹਨਾਂ ਤੇ ਇਹੋ ਜਿਹਾ ਆਰੋਪ ਲੱਗਿਆ ਕਿ ਕਿਸਾਨ ਮਰ ਗਿਆ। ਆਖਰੀ ਸਵਾਲ ਹੈ ਜੀ, ਪੀਐਮ ਸਾਹਿਬ ਆ ਰਹੇ ਨੇ, ਰਿਸਪੌਂਸ ਕਿਹੋ ਜਿਹਾ ਮਿਲੇਗਾ, ਬੂਸਟ ਅਪ ਮਿਲੇਗਾ? ਇੱਕ ਵੱਡਾ ਬਹੁਤ ਵੱਡਾ ਬੂਸਟ ਮਿਲੂਗਾ ਕਿਉਂਕਿ ਨਰਿੰਦਰ ਮੋਦੀ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਔਰ ਜੋ ਕਹਿ ਕੇ ਜਾਣਗੇ ਸਾਡੇ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੇਰਾ ਪੂਰਾ ਭਰੋਸਾ ਕਿ ਉਹਦੇ ਉੱਤੇ ਫੁੱਲ ਚੜਨਗੇ। ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਲਈ, ਕਿਉਂਕਿ ਸਮੇਂ ਦੀ ਘਾਟ ਹੈ, ਇਸ ਤੋਂ ਬਾਅਦ ਰੈਲੀ ਤੇ ਪਹੁੰਚਣਾ ਹੈ, ਪਰ ਫਿਲਹਾਲ ਦੇ ਲਈ ਜੋ ਕੁਛ ਚੱਲ ਰਿਹਾ ਹੈ ਕਿਸਾਨਾਂ ਦੀ ਰੈਲੀ ਹੋ ਗਿਆ ਜਾਂ ਫਿਰ ਕੀ ਕੁਛ ਮਸਲੇ ਨੇ ਭਾਵੇਂ ਘੱਗਰ ਦਾ ਮਸਲਾ ਹੋਏ, ਸਾਰੇ ਮਸਲਿਆਂ ਤੇ ਗੱਲ ਜਿਹੜੀ ਹੈ ਉਹ ਅੱਗੇ ਰੱਖਾਂਗੀ ਤੇ ਨਾਲ ਕਿਸਾਨਾਂ ਦੀ ਗੱਲ ਵੀ ਜਿਹੜੀ ਹੈ ਅੱਗੇ ਰੱਖਾਂਗੀ, ਪਰ ਫਿਲਹਾਲ ਦੇ ਲਈ ਜੋ ਕੁਛ ਕੰਟਰੋਵਰਸੀਆਂ ਬਣਾਈਆਂ ਜਾ ਰਹੀਆਂ ਨੇ ਉਹ ਗਲਤ ਨੇ, ਸਾਰਿਆਂ ਦਾ ਹੱਕ ਹੈ ਬੋਲਣ ਦਾ, ਇਹ ਆਪਣੀ ਗੱਲ ਇਸ ਤਰੀਕੇ ਨਾਲ ਰੱਖਦੇ ਨਜ਼ਰ ਆਏ। ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਬਜ਼ਮ ਵਰਮਾ, ਡੇਲੀ ਪੋਸਟ, ਪਟਿਆਲਾ।